ਮੇਰਾ ਵਿਆਹ ਹੋਇਆ ਸੀ 2023 ਚ, ਵਿਆਹ ਇੱਥੇ ਅੰਮ੍ਰਿਤਸਰ ਹੋਇਆ ਸੀ ਗੁਰਦੁਆਰੇ ਵਿੱਚ। ਹੁਣ ਉਹਨੇ ਦੂਜਾ ਵਿਆਹ ਕਰਾ ਲਿਆ, ਹੁਣ ਮੈਂ ਪ੍ਰੈਗਨੈਂਟ, 8ਵਾਂ ਮਹੀਨਾ ਲੱਗ ਗਿਆ ਮੈਨੂੰ, 1.5 ਮਹੀਨਾ ਹੋਇਆ ਉਹਨੇ ਦੂਜਾ ਵਿਆਹ ਕਰਾ ਲਿਆ। ਪਹਿਲਾਂ ਕਰਵਾਈ ਮੁੰਡੇ ਨੇ ਲਵ ਮੈਰਿਜ, ਤੇ ਜਦੋਂ ਪਤਨੀ 8 ਮਹੀਨੇ ਦੀ ਗਰਭਵਤੀ ਹੋ ਗਈ ਤਾਂ ਉਸ ਤੋਂ ਬਾਅਦ ਉਸ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਤੇ ਹੁਣ ਰੋਂਦੀ ਕੁਰਲਾਉਂਦੀ ਜੋ ਪਤਨੀ ਹੈ ਉਹ ਲੜਕੇ ਦੀ ਮਤਰੇਈ ਮਾਂ ਦੇ ਕੋਲ ਪਹੁੰਚੀ ਹੈ, ਤੇ ਮਤਰੇਈ ਮਾਂ ਦੇ ਵੱਲੋਂ ਵੀ ਮੁੰਡੇ ਤੇ ਅਤੇ ਆਪਣੇ ਪਤੀ ਦੇ ਉੱਤੇ ਹੀ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ। ਤਾਂ ਦੱਸ ਦਈਏ ਕਿ ਇੱਕ ਲੜਕੇ ਦੇ ਵੱਲੋਂ ਪਹਿਲਾਂ ਤਾਂ 20 ਸਾਲ ਦੀ ਲੜਕੀ ਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹ 8 ਮਹੀਨੇ ਦੀ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਨੂੰ ਛੱਡ ਕੇ ਲੜਕੇ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਦੂਸਰਾ ਵਿਆਹ ਕਰਵਾ ਚੁੱਕਾ ਹੈ। ਤਾਂ ਦੱਸ ਦਈਏ ਕਿ ਜੋ ਲੜਕੀ ਹੈ ਉਹ ਹੁਣ ਮੁੰਡੇ ਦੀ ਮਤਰੇਈ ਮਾਂ ਦੇ ਕੋਲ ਪਹੁੰਚੀ ਹੈ, ਮਾਪੇ ਲੜਕੀ ਦੇ ਉਸਦੇ ਕੋਲ ਪਹੁੰਚੇ ਨੇ, ਤੇ ਹੁਣ ਮਤਰੇਈ ਮਾਂ ਦੇ ਵੱਲੋਂ ਲੜਕੇ ਦੇ ਪਿਓ ਦੇ ਉੱਤੇ ਵੀ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ, ਤੇ ਆਪਣੇ ਮੁੰਡੇ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਨੇ। ਤੇ ਉਸਦਾ ਕਹਿਣਾ ਹੈ ਕਿ ਜੋ ਉਸਦਾ ਪਤੀ ਹੈ ਅਤੇ ਉਸਦਾ ਬੇਟਾ ਹੈ ਦੋਵੇਂ ਹੀ ਚੋਰ ਨੇ, ਜਿਨ੍ਹਾਂ ਦੇ ਉੱਤੇ ਹੁਣ ਤੱਕ 5 ਮੁਕੱਦਮੇ ਚੋਰੀ ਦੇ ਮੋਟਰਸਾਈਕਲਾਂ ਦੇ ਦਰਜ ਨੇ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਤਾਂ ਪਹਿਲਾਂ ਮੁੰਡੇ ਨੇ ਕੁੜੀ ਦੇ ਨਾਲ ਲਵ ਮੈਰਿਜ ਕਰਵਾਈ, ਲਵ ਮੈਰਿਜ ਕਰਵਾਉਣ ਤੋਂ ਬਾਅਦ ਜਦੋਂ ਲੜਕੀ 8 ਮਹੀਨੇ ਦੀ ਪ੍ਰੈਗਨੈਂਟ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਛੱਡ ਕੇ ਫਰਾਰ ਹੋ ਗਿਆ, ਅਤੇ ਲੜਕੀ ਨੂੰ ਉਸਨੇ ਕਿਹਾ ਕਿ ਉਸਨੇ ਹੁਣ ਦੂਸਰਾ ਵਿਆਹ ਕਰਵਾ ਲਿਆ, ਤੇ ਹੁਣ ਰੋਂਦੀ ਕੁਰਲਾਉਂਦੀ ਕੁੜੀ ਜੋ ਹੈ ਉਹ ਮੁੰਡੇ ਦੀ ਮਤਰੇਈ ਮਾਂ ਦੇ ਕੋਲ ਪਹੁੰਚੀ ਹੈ, ਤੇ ਉੱਥੇ ਜਾ ਕੇ ਹੁਣ ਮਾਂ ਅਤੇ ਇਸ ਕੁੜੀ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ, ਕਿਉਂਕਿ ਜੋ ਲੜਕਾ ਹੈ ਅਤੇ ਉਸਦਾ ਪਿਓ ਦੋਵੇਂ ਹੀ ਮੌਕੇ ਤੋਂ ਫਰਾਰ ਹੋ ਗਏ ਨੇ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਉੱਥੇ ਹੀ ਲੜਕੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਜੋ ਲੜਕਾ ਸੀ ਉਸਦੇ ਵੱਲੋਂ ਖੁੱਲ੍ਹੇਆਮ ਚੈਲੰਜ ਕੀਤਾ ਗਿਆ ਕਿ ਪੁਲਿਸ ਵੀ ਉਸਦਾ ਕੁਝ ਨਹੀਂ ਕਰ ਸਕਦੀ, ਤੇ ਇਸ ਨੂੰ ਲੈ ਕੇ ਹੁਣ ਲਗਾਤਾਰ ਜੋ ਪਰਿਵਾਰਕ ਮੈਂਬਰ ਨੇ ਉਹ ਪੁਲਿਸ ਪ੍ਰਸ਼ਾਸਨ ਦੇ ਕੋਲ ਕਾਰਵਾਈ ਦੀ ਗੁਹਾਰ ਲਗਾ ਰਹੇ ਨੇ। ਅੰਮ੍ਰਿਤਸਰ ਪਹੁੰਚੇ ਆ ਅੱਜ, ਕੀ ਗੱਲ ਹੋਈ ਹੈ ਜੀ? ਗੱਲ ਆ ਹੋਈ ਹੈ, ਮੁੰਡੇ ਨੇ ਵਿਆਹ ਕਰਾ ਲਿਆ ਸੀਗਾ। ਕਿਹਨੇ? ਤੁਹਾਡੇ ਘਰ ਵਾਲੇ? ਮੇਰੇ ਘਰ ਵਾਲੇ ਨੇ ਵਿਆਹ ਕਰਾ ਲਿਆ ਸੀਗਾ। ਤੁਹਾਡਾ ਵਿਆਹ ਕਦੋਂ ਹੋਇਆ ਸੀ ਉਸ ਨਾਲ? 2023 ਚ ਹੋਇਆ ਸੀਗਾ, 23 ਅਪ੍ਰੈਲ ਨੂੰ ਹੋਇਆ ਸੀਗਾ। ਅੱਛਾ, ਕਿੰਨਾ ਚਿਰ ਤੁਹਾਡੇ ਨਾਲ ਰਿਹਾ ਉਹ? ਮੇਰੇ ਨਾਲ 4-5-6 ਮਹੀਨੇ ਰਹੇ ਆ ਮੇਰੇ ਨਾਲ, ਹੁਣ 1 ਜਨਵਰੀ ਨੂੰ ਚਲਾ ਗਿਆ ਸੀ ਮੈਨੂੰ ਛੱਡ ਕੇ। ਅੱਛਾ, ਤੇ ਮੈਂ ਘਰੇ ਚਲੀ ਗਈ ਸੀਗੀ ਆਪਣੇ। ਉਸਨੇ ਹੁਣ ਦੂਜਾ ਵਿਆਹ ਕਰਾ ਲਿਆ? ਹਾਂਜੀ, ਹੁਣ ਉਹਨੇ 1-1.5 ਮਹੀਨਾ ਹੋਇਆ ਉਹਨੇ ਦੂਜਾ ਵਿਆਹ ਕਰਾ ਲਿਆ। ਤੁਹਾਨੂੰ ਕਦੋਂ ਪਤਾ ਲੱਗਾ ਜੀ? ਸਾਨੂੰ ਹੁਣੇ ਹੀ ਪਤਾ ਚੱਲਿਆ, ਥੋੜੇ ਦਿਨ ਹੋਏ ਆ। ਤੁਸੀਂ ਅੱਜ ਅੰਮ੍ਰਿਤਸਰ ਪਹੁੰਚੇ? ਹਾਂਜੀ, ਅੱਜ ਅਸੀਂ ਅੰਮ੍ਰਿਤਸਰ ਪਹੁੰਚੇ। ਤੁਹਾਡੇ ਕੋਲ ਕੋਈ ਸਬੂਤ ਹੈਗਾ ਉਸਨੇ ਦੂਜਾ ਵਿਆਹ ਕਰਾਇਆ? ਵਿਆਹ ਦਾ ਸਬੂਤ ਸਾਰਾ ਪਿਆ ਸਾਡੇ ਕੋਲ। ਅੱਛਾ, ਤੁਹਾਡੇ ਕੋਲ? ਹਾਂਜੀ। ਪਰ ਤੁਹਾਡਾ ਧੋਖਾ ਹੋਇਆ ਵਾ? ਹਾਂਜੀ, ਧੋਖਾ ਬਹੁਤ ਵੱਡਾ ਹੋਇਆ। ਹੁਣ ਸਾਡੀ ਉਮਰ ਕਿੰਨੀ ਆ? 21। ਅੱਛਾ, ਕਿੰਨੇ ਮਹੀਨੇ ਤੋਂ ਤੁਸੀਂ ਪ੍ਰੈਗਨੈਂਟ ਹੋ? ਮੈਨੂੰ 8ਵਾਂ ਮਹੀਨਾ ਲੱਗਿਆ ਹੋਇਆ। ਤੇ ਹੁਣ ਉਸ ਤੋਂ ਬਾਅਦ ਉਸਨੂੰ ਪਤਾ ਮੁੰਡੇ ਨੂੰ ਵੀ ਪ੍ਰੈਗਨੈਂਟ ਆ? ਸਾਰਾ ਕੁਝ ਪਤਾ ਜੀ ਉਹਨੂੰ। ਤੇ ਉਹ ਹੁਣ ਕੀ ਕਹਿੰਦਾ ਵੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ? ਨਹੀਂ ਕਹਿੰਦਾ, ਬਸ ਤੁਸੀਂ ਕੌਣ ਹੋ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਹੈਗਾ। ਅੱਛਾ, ਮੈਂ ਤੁਹਾਡੇ ਨਾਲ ਪੂਰਾ ਧੋਖਾਧੜੀ ਕੀਤੀ ਹੋਈ? ਹਾਂਜੀ। ਇਸ ਬਾਰੇ ਪੁਲਿਸ ਨੂੰ ਕੰਪਲੇਂਟ ਕਰਤੀ ਤੁਸੀਂ? ਕੰਪਲੇਂਟ ਸਵੇਰ ਦੀ ਕੀਤੀ ਹੋਈ ਆ, ਉਹ ਸੁਣ ਨਹੀਂ ਰਹੇ ਸਾਡੀ। ਉਹ ਕੀ ਕਹਿੰਦੇ? ਕਹਿੰਦੇ ਕਰ ਦਾਂਗੇ, ਕਹਿੰਦੇ ਆਰਾਮ ਨਾਲ ਕਰਾਂਗੇ, ਇੱਕ ਦਿਨ ਚ ਥੋੜੀ ਨਾ ਹੋ ਜੂਗਾ ਸਾਰਾ ਕੁਝ। ਮੇਰਾ ਵਿਆਹ ਹੋਇਆ ਸੀ 2023 ਚ। ਕਿਹਦੇ ਨਾਲ ਹੋਇਆ ਸੀ? ਨਵਦੀਪ ਸਿੰਘ ਹੈ ਨਾਮ ਉਸਕਾ। ਕਿੱਥੋਂ ਦਾ ਰਹਿਣ ਵਾਲਾ ਉਹ? ਇਹ ਅੰਮ੍ਰਿਤਸਰ ਕਰਾਣ ਵਾਲਾ, ਮੋਗਮਪੁਰਾ ਬਿੱਲੇ ਵਾਲੇ ਚੌਂਕ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਮੈਂ ਰਾਜਪੁਰਾ। ਅੱਛਾ, ਤੇ ਤੁਹਾਡਾ ਵਿਆਹ ਕਿੱਥੇ ਹੋਇਆ ਸੀ? ਵਿਆਹ ਇੱਥੇ ਅੰਮ੍ਰਿਤਸਰ ਹੋਇਆ ਸੀ ਗੁਰਦੁਆਰੇ ਵਿੱਚ। ਫਿਰ ਹੁਣ ਕੀ ਗੱਲ ਹੋਈ ਹੈ ਜੀ? ਹੁਣ ਉਹਨੇ ਦੂਜਾ ਵਿਆਹ ਕਰਾ ਲਿਆ, ਹੁਣ ਮੈਂ ਪ੍ਰੈਗਨੈਂਟ, 8ਵਾਂ ਮਹੀਨਾ ਲੱਗ ਗਿਆ ਮੈਨੂੰ। ਤੇ ਤੁਹਾਨੂੰ ਹੁਣ
ਜੀਵਨ ਕੁਮਾਰ ਦਾ ਇੱਕ ਸੌਤੇਲਾ ਮੁੰਡਾ ਲਵਦੀਪ ਸਿੰਘ ਸੀ। ਅੱਜ ਤੋਂ ਇੱਕ ਸਾਲ ਪਹਿਲਾਂ ਇਹ ਗੁੜੀਆਂ ਨੂੰ ਮੇਰੇ ਕੋਲ ਲੈ ਆਇਆ ਸੀ, ਪਰ ਇਹਨੂੰ ਮੈਂ ਆਪਣੀ ਬੱਚੀ ਸਮਝ ਕੇ ਇਹਨੂੰ ਇਹਦੇ ਨਾਲ ਵਿਆਹ ਤਾ, ਕਿਉਂਕਿ ਇਹ ਪਿਆਰ ਕਰਦੇ ਸੀ, ਕਹਿੰਦੇ ਸੀ ਵਿਆਹ ਕਰਾਉਣਾ ਚਾਹੁੰਦੇ। ਮੈਂ ਇਹਨਾਂ ਦੀ ਮੈਰਿਜ ਕਰਾਤੀ, ਮੁੜ ਕੇ ਮਤਲਬ ਉਸ ਮੁੰਡੇ ਨੇ ਸਿਖਾ ਕੇ ਇਹਨੂੰ ਲੈ ਗਿਆ ਰਾਜਪੁਰੇ ਨੂੰ। ਉੱਥੇ ਜਾ ਕੇ ਸਹੁਰਿਆਂ 'ਚ ਰਹਿਣ ਲੱਗਾ। ਮੈਂ ਚੱਲ ਉਹ ਵੀ ਮਾਂ ਬਾਪ ਹੀ ਹੈ ਇਹਦੇ, ਕੋਈ ਗੱਲ ਨਹੀਂ, ਉੱਥੇ ਰਹਿ ਲਿਆ ਇੱਥੇ ਰਹਿ ਲਿਆ, ਇੱਕ ਹੀ ਗੱਲ ਆ। ਮੁੜ ਕੇ ਇਹਨੂੰ ਧੋਖਾ ਦੇ ਕੇ ਅਤੇ ਪ੍ਰੈਗਨੈਂਟ ਕਰਕੇ ਇੱਥੇ ਫਿਰ ਬਾਪ ਨਾਲ, ਮੇਰੇ ਕੋਲ ਆਪਣਾ ਡੈਡੀ ਵੀ ਲੈ ਗਿਆ, ਕਹਿੰਦਾ ਵੀ ਇਹ ਮੇਰਾ ਬਾਪ ਹੀ ਆ, ਤੇਰਾ ਘਰ ਵਾਲਾ ਨਹੀਂ, ਅਲੱਗ ਰਹਿਣ ਲੱਗਾ। ਅਤੇ ਪਤਾ ਨਹੀਂ ਕਿਹੜੀ ਰਾਹ ਚੱਲਦੀ ਜਨਾਨੀ ਲੈਣ ਦੀ, ਉਹਨਾਂ ਨੇ ਬੈਟਰੀ ਰਿਕਸ਼ਾ ਚਲਾਉਂਦੇ ਸੀ, ਉਹਨਾਂ ਨੂੰ ਬਿਠਾ ਕੇ ਲੈਂਦਾ, ਕਹਿੰਦੇ ਸਾਡੀ ਮੇਰੀ ਘਰ ਦੀ ਆ, ਮੈਂ ਵਿਆਹ ਕਰਾਉਣ ਲੱਗਾ। ਉਸ ਟਾਈਮ 'ਤੇ ਮੈਂ ਕਿਹਾ ਵੀ ਚੁੱਪ ਕਰ ਜਾਓ, ਵੀ ਤੁਸੀਂ ਉਹਨਾਂ ਡਿਵੋਰਸ ਨਹੀਂ ਕਰਾਇਆ, ਤੁਸੀਂ ਨਾ ਕਰਾਓ ਵਿਆਹ। ਅਤੇ ਇਹਨਾਂ ਨੇ ਮੇਰੀ ਇੱਕ ਨਹੀਂ ਮੰਨੀ। ਹਾਂਜੀ, ਪਤਾ ਕੀ ਕਹਿੰਦੇ, ਕਹਿੰਦੇ ਮੈਂ ਸਾਡਾ ਕੁਛ ਵੀ ਨਹੀਂ ਵਿਗਾੜ ਸਕਦੇ ਹੋ, ਉਹ ਕੁਛ ਵੀ ਨਹੀਂ ਵਿਗਾੜ ਸਕਦੇ, ਠੀਕ ਹੈ। ਮੈਂ ਇਹਨਾਂ ਨਾਲ ਅਲੱਗ ਹੋ ਗਈ ਇਸ ਗੱਲ ਤੋਂ। ਉਸ ਦਿਨ ਦਾ ਮੈਨੂੰ ਵੀ ਇਹਨਾਂ ਨੇ ਛੱਡਿਆ ਆ, ਮੇਰੇ ਹਸਬੈਂਡ ਨੇ ਜੀਵਨ ਕੁਮਾਰ ਨੇ, ਅਤੇ ਇਹਨੂੰ ਵੀ ਛੱਡਿਆ ਆ, ਠੀਕ ਹੈ। ਸਾਨੂੰ ਕਹਿੰਦੇ ਵੀ ਤੁਸੀਂ ਤਾਂ ਐਵੇਂ ਵਾਰਾ ਕੁੱਤੀਆਂ ਹੋ, ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਬੋਲਦੇ। ਇਹ ਦੋਨਾਂ ਨੂੰ ਘੱਟ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ। ਮੈਂ ਤਾਂ ਪੁਲਿਸ ਨੂੰ ਵੀ ਇਹੀ ਕਹਿੰਦੀ ਹਾਂ ਵੀ ਕਿਸੇ ਦੀ ਧੀ ਭੈਣ ਨਾਲ ਇੱਦਾਂ ਕਰੀਦਾ ਨਾ, ਇਹਨਾਂ ਨੂੰ ਸਜ਼ਾ ਦੇਵੋ, ਪਿਓ ਪੁੱਤਾਂ ਨੂੰ ਸਜ਼ਾ ਦੇਵੋ। ਬੇਟਾ ਮੇਰੀ ਵੀ ਇੱਕ ਧੀ ਆ, ਤੂੰ ਮੇਰੀ ਧੀ ਸਮਝ ਲਾ, ਮੈਂ ਸਮਝੂਗੀ ਵੀ ਵੱਡੀ ਆ, ਤੂੰ ਆ ਜਾ ਮੇਰੇ ਕੋਲ। ਇਹਨਾਂ ਚੱਲ ਮੇਰੇ ਨਾਲ ਤਾਂ ਜੋ ਬੀਤਰੀ ਸੀ ਬੀਤ ਗਈ, ਪਰ ਇਹਦੇ ਨਾਲ ਇਨਸਾਫ਼ ਦੇਣਾ ਚਾਹੀਦਾ, ਕਿਉਂਕਿ ਇਹ ਬੱਚਾ ਹੋਣ ਵਾਲਾ ਕਿਸੇ ਰੋਜ਼ ਦੀ। ਇਸ ਵਕਤ 'ਤੇ ਮੈਂ ਵੀ ਖੜੀ ਸੀ, ਮੇਰਾ ਹਸਬੈਂਡ ਪੂਰਾ ਹੋ ਗਿਆ ਸੀ ਪਹਿਲਾਂ, ਇਹ ਦੂਸਰੀ ਜਗ੍ਹਾ 'ਤੇ ਮੇਰੀ ਸ਼ਾਦੀ ਹੋਈ ਸੀ, ਇਹ ਵੀ ਮੈਂ ਆਪਣੀ ਮਰਜ਼ੀ ਨਾਲ ਹੀ ਹੋਈ ਸੀ ਮੇਰੀ। ਅਤੇ ਪਰ ਦੋਨਾਂ ਨੂੰ ਜਾਣੀਆਂ ਨੂੰ ਧੋਖਾ ਮਿਲਿਆ ਗਾ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਜੀਵਨ ਕੁਮਾਰ ਅਤੇ ਲਵਦੀਪ ਸਿੰਘ ਬਹੁਤ ਜ਼ਿਆਦਾ ਧੋਖੇਬਾਜ਼ ਆ, ਬਹੁਤ ਦੁਨੀਆਂ ਦੇ ਫਰੋਡ ਆ। ਇਹਨਾਂ ਦਾ ਕਰੈਕਟਰ ਮਾਨਸਾ ਜ਼ਿਲ੍ਹੇ ਦੀ ਪੁਲਿਸ ਨੂੰ ਪੁੱਛ ਲਓ ਵੀ ਇਹਨਾਂ ਦਾ ਪਿਓ ਪੁੱਤਾਂ ਦਾ ਕੀ ਕਰੈਕਟਰ ਆ। ਹਾਂਜੀ, ਮਾਨਸਾ ਜ਼ਿਲ੍ਹਾ ਦੀ ਪੁਲਿਸ ਅਜੇ ਵੀ ਲੱਭਦੀ ਪਈ ਇਹਨਾਂ ਨੂੰ, ਕੰਮ ਕਰਦੇ ਆ। ਇੱਥੇ ਤਾਂ ਬੈਂਡਰੀ ਚਲਾਉਂਦੇ ਆ, ਉੱਧਰ ਜਾ ਕੇ ਮੋਟਰਸਾਈਕਲ ਚੋਰੀ ਕਰਦੇ ਆ। ਇਹਨਾਂ ਦੇ ਪਰਚੇ, 5 ਪਰਚੇ ਆ ਇਹਨਾਂ ਦੇ ਉਦੇ, ਇਹਨਾਂ ਦੋਨਾਂ ਦੇ ਉੱਤੇ। ਪਰ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ। ਸਾਨੂੰ ਦੋਨਾਂ ਜਾਣੀਆਂ ਨੂੰ ਇਨਸਾਫ਼ ਦੇਵੋ, ਅਸੀਂ ਗਰੀਬ ਘਰ ਦੀਆਂ ਕੁੜੀਆਂ, ਪਰ ਸਾਨੂੰ ਇਹਨਾਂ ਨੇ ਲੁੱਟ ਲਿਆ। ਇਹ ਬੇਟੀ ਹੈ ਮੇਰੀ, ਇਸਨੇ ਸ਼ਾਦੀ ਕਰ ਲਈ ਸੀ ਆਪਣੀ ਮਰਜ਼ੀ ਸੇ, ਆਜ ਉਹ ਬਹੁਤ ਪਰੇਸ਼ਾਨ ਹੈ, ਅਭੀ ਇਸਕੋ ਕਹਾਂ ਲੈ ਕੇ ਜਾਊਂ। ਉਹ ਲੜਕਾ ਅਭੀ ਆਪਕੇ ਸੰਪਰਕ ਮੇਂ ਹੈ? ਮੇਰੇ ਸੰਪਰਕ ਕੋਈ ਨਹੀਂ ਹੈ, ਉਹ ਖੁੱਲ੍ਹਾ ਚੈਲੇਂਜ ਕਰਕੇ ਚਲਾ ਗਿਆ ਕਿ ਮੈਂ ਜਾਣਦਾ ਨਹੀਂ ਇਸਕੋ। ਖੁੱਲ੍ਹਾ ਚੈਲੇਂਜ ਕੀਆ ਹੈ? ਖੁੱਲ੍ਹਾ ਚੈਲੇਂਜ ਕਰਕੇ ਗਿਆ ਆਪਕੋ ਉਸਨੇ ਕਿ ਮੈਂ ਇਸਕੀ ਕਿਸੇ ਕੋ ਨਹੀਂ ਜਾਣਦਾ ਯਹਾਂ ਪੇ। ਅੱਛਾ, ਲੜਕੀ ਪ੍ਰੈਗਨੈਂਟ ਹੈ? ਲੜਕੀ ਮੇਰੀ ਪ੍ਰੈਗਨੈਂਟ ਹੈ, 8ਵੇਂ ਮਹੀਨੇ ਇਸਕੋ ਲਗਾ ਹੋਇਆ ਹੈ, ਅਬ ਇਸਕੋ ਕਹਾਂ ਲੈ ਕੇ ਜਾਊਂ। ਪੁਲਿਸ ਵਾਲੋ ਕਿ ਯਹਾਂ ਬਿਲਕੁਲ ਸੁਣਵਾਈ ਨਹੀਂ ਹੈ, ਅਬ ਇਸਕੋ ਮੈਂ ਕਿਆ ਕਰੂੰ ਕਿਆ ਨਾ ਕਰੂੰ, ਕਹਾਂ ਐਡਜਸਟਮੈਂਟ ਦੇ। ਅੱਛਾ, ਪੁਲਿਸ ਪ੍ਰਸ਼ਾਸਨ ਆਪਕੀ ਨਹੀਂ ਸੁਣ ਰਹੇ? ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਬਿਲਕੁਲ ਵੀ। ਮੇਰੇ ਹਰਿਆਣਾ ਕੀ ਪੁਲਿਸ ਹੋਤੀ ਤੋ ਯਹਾਂ ਸਾਰਾ ਸਰਕਲ ਸੈੱਟ ਕਰ ਦਿੱਤੀ ਵੋ, ਲੇਕਿਨ ਇਹਨਾਂ ਨੇ ਕੁਛ ਸੁਣਵਾਈ ਨਹੀਂ। ਸੁਬਹ ਕੰਪਲੇਂਟ ਕੀ ਥੀ, ਅਭੀ ਤੱਕ ਕੋਈ ਸੁਣਵਾਈ ਨਹੀਂ ਹੈ। ਵੋ ਲੜਕਾ ਮੇਰੇ ਕੋ ਚੈਲੇਂਜ ਕਰਕੇ ਚਲਾ ਗਿਆ ਕਿ ਜੋ ਪੁਲਿਸ ਵਾਲਾ ਕੁਛ ਨਹੀਂ ਕਰ ਸਕਤੇ ਮੇਰਾ, ਬਸ ਮਤਲਬ ਪੰਜਾਬ ਪੁਲਿਸ ਆਪਕੇ ਕਹਿਣਾ ਡੀਡੀ ਬਿਲਕੁਲ। ਆਪਨੇ ਅਭੀ ਜੋ ਦਰਖਾਸਤ ਦੀ ਹੈ ਕਹਾਂ ਪੇ ਦੀ ਹੈ, ਕਿਸ ਜਗ੍ਹਾ ਪੇ? ਯੇ ਸਰ ਯਹੀ ਹੈ, ਮੋਗਮਪੁਰਾ ਹੈ ਥਾਣਾ, ਵਹਾਂ ਪੇ। ਵਹਾਂ ਪੇ ਅਸੀਂ ਤੱਕ ਕੋਈ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ, ਕੋਈ ਫੋਨ ਨਹੀਂ ਕੀਤਾ ਸਰ, ਉਹਨੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਯਹਾਂ ਪੇ, ਬਹੁਤ ਪਰੇਸ਼ਾਨ ਹੋ ਗਿਆ ਹੂੰ। ਅੱਛਾ, ਕਿਆ ਮਾਂਗ ਕਰਦੇ ਹੋ ਸਰ? ਮਾਂਗ ਕਿਆ ਸਰ, ਇਨਸਾਫ ਚਾਹੀਏ ਮੇਰੇ ਕੋ, ਤਾਂ ਬਸ ਇਨਸਾਫ ਦੇ ਦਿਓ ਮੇਰੇ ਕੋ, ਹੋਰ ਕੁਛ ਨਹੀਂ।